हाँ जी नमस्कार जी, स्वागत है तुहाडा सारिआं दा तुहाडे अपने चैनल टीचिंग गुरु दे उत्ते। तां राजस्थान दे विच होमगार्ड दी जिहड़ी भर्ती आ उह आई हुई है 2023, योग्यता इहदे लई 8वीं पास जेकर तुसीं हैगे हो अप्लाई कर सकदे हो। टोटल जिहड़ियां पोस्टां ने उह 3842 पोस्टां ने। उस तों बाद ऑनलाइन तुसीं इहदे लई अप्लाई करना 12 जनवरी 2023 तों लै के 11 फरवरी 2023 तक, 1 महीने का तुहानूं जिहड़ा टाइम है उह इह जिहड़ी हैगी है पोस्ट नूं भरन लई दित्ता जाएगा। उस तों बाद आपां देख लैंदे हां टोटल जिहड़ियां पोस्टां दस्सदियां, ऑनलाइन 12 ते लास्ट डेट है 11 फरवरी 8th पास अप्लाई करना है। इहदा जिहड़ा एग्जाम है अप्रैल दे महीने दे विच जिहड़ा हैगा कंडक्ट करवाया जाएगा। जिहड़ी वर्क लोकेशन है उह तुहाडी राजस्थान होवेगी। अप्लाई कित्थे करना है? .rajasthan.government.in दी ऑफिशियल साइट दे उत्ते जाके तुसीं इहदे लई अप्लाई है जिहड़ा उह कर सकदे हो। हुण आपां एप्लीकेशन फीस बारे इहदे बारे देख लैंदे हां कि एप्लीकेशन फीस की है। ਜਿਹੜੇ ਹੈਗੇ ਨੇ ਜਨਰਲ ਜਾਂ ਫਿਰ ਆਦਰ ਬੈਕਵਰਡ ਕਲਾਸ ਹੈ ਉਹਦੇ ਲਈ 250 ਰੁਪਈਏ ਹੈ। ਐੱਸਸੀ ਐੱਸਟੀ ਓਬੀਸੀ ਠੀਕ ਹੈ, ESM ਵਰਗ ਹੈ ਜਿਹੜਾ, ਉਹਦੇ ਲਈ ਜਿਹੜੀ ਹੈਗੀ ਫੀਸ ਹੈ ਉਹ 200 ਰੁਪਈਏ ਰੱਖੀ ਗਈ ਹੈ। ਜੇਕਰ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਮਿਨੀਮਮ ਜਿਹੜੀ ਏਜ ਹੈ ਉਹ 18 ਸਾਲ ਹੋਣੀ ਚਾਹੀਦੀ ਹੈ ਅਤੇ ਮੈਕਸੀਮਮ ਜਿਹੜੀ ਏਜ ਹੈ ਉਹ 35 ਸਾਲ ਹੋਣੀ ਜ਼ਰੂਰੀ ਹੈ। 1 ਜਨਵਰੀ 2023 ਤੱਕ ਤੁਹਾਡੀ ਜਿਹੜੀ ਹੈਗੀ ਹੈ ਉਹ ਏਜ ਕ੍ਰਾਈਟੀਰੀਆ ਉਹ ਜਿਹੜਾ ਉੱਪਰ 18 ਤੋਂ 35 ਦੇ ਵਿੱਚ ਤੁਹਾਡਾ ਹੋਣਾ ਜ਼ਰੂਰੀ ਹੈ। ਟੋਟਲ ਵੈਕੈਂਸੀਆਂ ਮੈਂ ਦੱਸਦੀਆਂ ਅਤੇ ਪੋਸਟਾਂ ਨੇ 3842। ਅਤੇ ਉਸ ਤੋਂ ਬਾਅਦ ਆਪਾਂ ਹੁਣ ਅੱਗੇ ਚੱਲਦੇ ਹਾਂ। ਇਹਦੇ ਵਿੱਚ ਜਿਹੜਾ ਹੈਗਾ ਫਿਜ਼ੀਕਲ ਕ੍ਰਾਈਟੀਰੀਆ ਦੇ ਵਿੱਚ ਤੁਹਾਡੀ ਹਾਈਟ ਹੈ 160 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ ਫੀਮੇਲ ਦੀ 152। ਚੈਸਟ ਅਤੇ ਵੇਟ ਤੁਸੀਂ ਆਪਣਾ ਇੱਥੇ ਦੇਖ ਸਕਦੇ ਹੋ ਨੋਰਮਲ ਕਿੰਨੀ ਹੈ ਅਤੇ ਫੁਲਾ ਕੇ ਕਿੰਨੀ ਹੈ, 4 ਸੈਂਟੀਮੀਟਰ 5 ਸੈਂਟੀਮੀਟਰ ਜਿਹੜੇ ਹੈਗੇ ਨੇ ਫੁਲਾਓ ਜਿਹੜਾ ਹੈਗਾ ਉਹ ਮੰਗਿਆ ਜਾਂਦਾ। ਅਤੇ ਜੇਕਰ ਮੈਂ ਰੇਸ ਦੀ ਗੱਲ ਕਰਾਂ ਤਾਂ ਜਿਹੜੀ ਹੈਗੀ 1000 ਮੀਟਰ ਦੀ ਜਿਹੜੀ ਰੇਸ ਹੈ ਉਹ ਤੁਹਾਡੀ ਹੋਵੇਗੀ 3 ਮਿੰਟ 30 ਸੈਕਿੰਡ 15 ਅੰਕ ਜਿਹੜਾ ਵੀ 3 ਮਿੰਟ 30 ਸੈਕਿੰਡ ਦੇ ਵਿੱਚ ਆਊਗਾ। ਉਸ ਤੋਂ ਬਾਅਦ 3 ਮਿੰਟ 45 ਤੱਕ ਜਿਹੜਾ ਆਊਗਾ 10 ਅੰਕ, 4 ਮਿੰਟ ਮੈਂ ਆਏਗਾ 5 ਅੰਕ ਔਰ 4 ਮਿੰਟ ਤੋਂ ਜਿਹੜਾ ਜ਼ਿਆਦਾ ਆਊਗਾ ਉਹਨੂੰ 0 ਅੰਕ, ਯਾਨੀ ਕਿ 4 ਮਿੰਟ ਦੇ ਵਿੱਚ ਤੁਸੀਂ ਜਿਹੜੀ ਹੈਗੀ ਕੰਪਲੀਟ ਹੈ 1000 ਮੀਟਰ ਉਹ ਕਰਨੀ ਹੋਵੇਗੀ। ਉਸ ਤੋਂ ਬਾਅਦ 800 ਮੀਟਰ, 800 ਮੀਟਰ ਦੇ ਇਹਦੇ ਵੀ ਨੰਬਰ ਤੁਹਾਨੂੰ ਜਿਹੜੇ ਹੈਗੇ ਨੇ ਦਿੱਤੇ ਜਾਣਗੇ, ਸੇਮ ਇੱਥੇ ਤੁਸੀਂ ਦੇਖ ਸਕਦੇ ਹੋ। 800 ਮੀਟਰ 3 ਮਿੰਟ 30 ਸੈਕਿੰਡ, ਵੂਮੈਨ ਲਈ 3 ਮਿੰਟ 50 ਸੈਕਿੰਡ, 4 ਮਿੰਟ 10 ਸੈਕਿੰਡ, 4 ਮਿੰਟ 10 ਸੈਕਿੰਡ ਸੇ 0 ਨੰਬਰ। ਉਸ ਤੋਂ ਬਾਅਦ ਚਿਨ ਅਪ ਤੁਹਾਡੇ ਹੋਣਗੇ, 10 ਚਿਨ ਅਪ ਲਾਓਗੇ 10 ਅੰਕ, 7 7 ਅੰਕ, 5 ਲਾਓਗੇ 5 ਅੰਕ, ਜੇਕਰ 5 ਤੋਂ ਘੱਟ ਲਾਏ ਤਾਂ 0 ਨੰਬਰ ਮਿਲੇਗਾ। ਅਤੇ ਮਹਿਲਾ ਵਰਗ ਹੈ ਜਿਹੜਾ ਉਹਦੇ ਚਿਨ ਅਪਸ ਨਹੀਂ ਹੈ, ਉਹਨੂੰ ਜਿਹੜਾ ਹੈਗਾ ਗੋਲਾ ਜਿਹੜਾ ਹੈਗਾ ਉਹ ਡੇਗਣਾ ਪਵੇਗਾ। 4 kg 10 ਅੰਕ ਉਹਨੂੰ ਜੇਕਰ ਮਿਲਣਗੇ, ਜੇਕਰ ਉਹ 16 ਫੁੱਟ ਮਾਰਦਾ, 15 ਫੁੱਟ ਮਾਰਦਾ ਤਾਂ 7 ਨੰਬਰ, 14 ਫੁੱਟ ਮਾਰੂਗਾ ਤਾਂ 5 ਨੰਬਰ ਔਰ 14 ਸੇ ਕਮ ਤੋਂ 0 ਨੰਬਰ ਉਹਨੂੰ ਦਿੱਤਾ ਜਾਵੇਗਾ। ਠੀਕ ਹੈ, ਅਤੇ ਇਹਦੀ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਇਹਦਾ ਜਿਹੜਾ ਪੇਪਰ ਹੈ ਉਹ ਹੋਊਗਾ। ਪੇਪਰ ਤੋਂ ਬਾਅਦ ਇਹਦੀ ਜਿਹੜੀ ਹੈਗੀ ਹੈ PST ਹੋਊਗਾ, ਫਿਰ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਮੈਡੀਕਲ ਟੈਸਟ ਹੋਊਗਾ। ਠੀਕ ਹੈ, ਇਹ ਸਾਰੇ ਜਿਹੜੇ ਹੈਗੇ ਨੇ ਇਹ ਕਰਵਾਏ ਜਾਣਗੇ, ਜਿਹੜੇ ਵੀ ਉੱਪਰ ਮੈਂ ਫੋਰਮੈਟ ਤੁਹਾਨੂੰ ਦੱਸਿਆ ਹੈ ਕਿ ਕਿੰਨੇ ਕਿੰਨੇ ਨੰਬਰ ਦੇ ਕੀ ਕੁਛ ਰਹਿਣ ਵਾਲਾ। ਅਤੇ ਆਹ ਜਿਹੜੇ ਹੈਗੇ ਨੇ ਮਿਨੀਮਮ ਜਿਹੜਾ ਕ੍ਰਾਈਟੀਰੀਆ ਔਰ ਦੱਸਿਆ ਗਿਆ ਕਿ ਕੈਟੇਗਰੀ ਵਾਈਜ਼ ਜਿਹੜਾ ਹੈਗਾ ਕਿੰਨੇ ਨੰਬਰ ਤੁਹਾਨੂੰ ਲੈਣੇ ਜ਼ਰੂਰੀ ਨੇ ਅਤੇ ਕਿੰਨੇ ਪਰਸੈਂਟ ਜਿਹੜੇ ਹੈਗੇ ਨੇ ਉਹ ਜਿਹੜੇ ਕੈਂਡੀਡੇਟ ਨੇ ਉਹ ਅਗਲੇ PST ਟੈਸਟ ਵਾਸਤੇ ਬੁਲਾਏ ਜਾਣਗੇ। ਸੈਲਰੀ ਜਿਹੜੀ ਹੈਗੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ, ਵਰਤਮਾਨ ਦੇ ਵਿੱਚ ਪ੍ਰੈਜੈਂਟ ਦੇ ਵਿੱਚ 690 ਰੁਪਏ ਪ੍ਰਤੀ ਦਿਵਸ ਹੋਮਗਾਰਡ ਕੇ ਤੌਰ ਪਰ, ਨਿਯੋਜਨ ਹੋਣੇ ਵਾਲੇ 590 ਪ੍ਰਤੀ ਦਿਵਸ ਚਤੁਰਥੀ ਸ਼੍ਰੇਣੀ ਕਰਮਚਾਰੀ ਕੇ ਤੌਰ ਪਰ ਨਿਯੋਜਿਤ ਹੋਣੇ ਵਾਲੇ ਕੋ ਦੀਏ ਜਾਏਂਗੇ। ਐਡਮਿਟ ਕਾਰਡ ਬਾਰੇ ਅਤੇ ਇਹਦੇ ਜਿਹੜਾ ਸਿਲੇਬਸ ਹੈ ਉਹਦੇ ਬਾਰੇ ਆਪਾਂ ਇੱਕ ਸੈਪਰੇਟ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ। ਜੇਕਰ ਇਹਦੇ ਵਿੱਚ ਕਿਸੇ ਨੂੰ ਕੁਛ ਨਾ ਸਮਝ ਆਇਆ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ। ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਇਹਦੇ ਲਈ ਜ਼ਰੂਰ ਅਪਲਾਈ ਕਰਨ। ਠੀਕ ਹੈ, ਆਫੀਸ਼ਲ ਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਜਾਵੇਗਾ, ਉੱਥੋਂ ਜਾ ਕੇ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਆਨਲਾਈਨ ਅਤੇ ਇਹਦੀ ਨੋਟੀਫਿਕੇਸ਼ਨ ਆਫੀਸ਼ਲ ਵੈਬਸਾਈਟ ਸਾਰਾ ਕੁਝ ਉੱਥੇ ਤੁਸੀਂ ਦੇਖ ਸਕਦੇ ਹੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ।